ਮਕਬੂਜ਼ਾ ਲੋਕਾਂ ਦੀ ਕਹਾਣੀ ਅਸਾਨੀ ਤੈ ਪਛਵਾ ਨੇ ਕੋਈ ਦੁਨੀਆਂ ਅਸਾਂ ਐਵਾਂ ਨੇ ਕੋਈ ਅਸਾਨੀ ਜ਼ਿੰਦਗੀ 'ਚ ਬਸ ਹਰ ਵੇਲੇ ਤੋਪਾਂ ਨੇ ਆਈਆਂ ਆਵਾਜ਼ਾਂ ਆਈਆਂ ਬਾਰੂਦ ਦੀ ਮਖਦੂ ਖੁਸ਼ਬੂ ਹੈ ਤੈ ਖੋਫੇ ਹੀ ਲਗਾਤਾਂ। ਮੇਰਾ ਨਾਂ ਕਵਿਤਾ ਬਨੋਟਾ ਅਤੇ ਮੈਂ ਇਹ ਜਾਗ ਫੈਸਟੀਵਲ ਪਿਛਲੇ ਸਾਲ ਵੀ ਔਰਗਨਾਈਜ਼ ਕੀਤਾ, ਇਸ ਸਾਲ ਵੀ ਔਰਗਨਾਈਜ਼ ਕੀਤਾ ਅਤੇ ਅਸੀਂ ਵੈਸੇ ਕਾਫੀ ਸਾਲਾਂ ਤੋਂ ਕੰਮ ਕਰ ਰਹੇ। 2019 ਸ਼ੁਰੂ ਕੀਤਾ ਸੀ ਅਸੀਂ ਇਹ ਫੈਸਟੀਵਲ ਦੇ ਉੱਤੇ ਕੰਮ ਕਰਨਾ ਅਤੇ ਇਹ ਜਗ੍ਹਾ ਹੈਗੀ ਹੈ ਜਿੱਥੇ ਅਸੀਂ ਸਾਰੇ ਨੂੰ ਇਕੱਠੇ ਕਰਨਾ ਚਾਹੁੰਦੇ, ਕਮਿਊਨਿਟੀਜ਼ ਨੂੰ ਇਕੱਠੇ ਕਰਨਾ ਚਾਹੁੰਦੇ, ਅਸੀਂ ਇੰਟਰਜੈਨਰੇਸ਼ਨਲ ਇਵੈਂਟ ਚਾਹੁੰਦੇ ਕਿ ਸਾਰੀ ਉਮਰ ਦੇ ਬੱਚੇ ਵੱਡੇ ਸਾਰੇ ਇਕੱਠੇ ਹੋਣ ਅਤੇ ਇੱਥੇ ਅਸੀਂ ਡਿਸਕਸ਼ਨ, ਵਰਕਸ਼ਾਪ, ਪਰਫੋਰਮੈਂਸ ਕਰੀਏ ਅਤੇ ਅਸੀਂ ਸਿੱਖੀਏ ਇੱਕ ਦੂਜੇ ਕੋਲੋਂ ਆਪਣੀ ਬੋਲੀ ਦੇ ਬਾਰੇ, ਆਪਣੀ ਹਿਸਟਰੀ ਦੇ ਬਾਰੇ, ਆਪਣੇ ਕਲਚਰ ਦੇ ਬਾਰੇ। ਅਸਲਾਮ ਅਲੈਕੁਮ, ਮੇਰਾ ਨਾਮ ਨਬੀਲਾ ਹੈ, ਮੈਂ ਜਾਗ ਫੈਸਟੀਵਲ ਵਿੱਚ ਆਈ ਵੀ ਹਾਂ। ਇਹ ਫੈਸਟੀਵਲ ਇਸ ਤਰ੍ਹਾਂ ਜ਼ਰੂਰੀ ਹੈ ਜਿਵੇਂ ਇਸ ਨੋਈਅਤ ਨਾਲ ਔਰਤਾਂ ਨਾਲ ਕੋਈ ਵੀ ਫੈਸਟੀਵਲ ਜਿਹੜਾ ਬਰਤਾਨੀਆ ਵਿੱਚ ਹੋਣੀ, ਜਿਸਦੇ ਵਿੱਚ ਜਿਹੜਾ ਪਹਾੜੀ ਪੁਛਵਾੜੀ ਅਨ ਪੰਜਾਬੀ ਵਿੱਚ ਜਿਹੜਾ ਨਾ ਪੂਰੇ ਦੀ ਔਰਤਾਂ ਗੁਜ਼ਾਰੀ ਹੈ, ਜਿਹੜਾ ਸਪੀਕਰਸ ਨੂੰ ਡਿਫਰੈਂਟ ਮੌਜ਼ੂਆਂ ਗੱਲਾਂ ਕਰਨਾ, ਡਿਫਰੈਂਟ ਕਿਤਾਬਾਂ ਦੇ ਬਾਰੇ ਪੁੱਛਣੀਆਂ, ਡਿਫਰੈਂਟ ਅਸਾਂ ਲਿਟਰੇਚਰ, ਲੈਂਗੁਏਜ, ਕਲਚਰ, ਹਿਸਟਰੀ, ਪੋਲੀਟਿਕਸ ਨੇ ਜਿਹੜੇ ਟੋਪਿਕਸ ਹਨ ਨਾ, ਉਹ ਕਿਸੇ ਹੋਰ ਫੈਸਟੀਵਲ 'ਚ ਅਸਾਂ ਕਿ ਨਹੀਂ ਲੱਭਣੇ। ਸੋ ਇਸ ਬਾਰੇ ਇੰਤਹਾਈ ਮਜ਼ਾ ਆਇਆ, ਬਹੁਤ ਸਾਰੇ ਇਵੈਂਟਸ ਹਨ ਦਿਲ 'ਚ ਅਸੀਂ ਸਾਰੀਆਂ ਜਾਂ ਸਾਰੇ ਨਾਲ ਕਵਰ ਕਰ ਸਕਦੇ, ਜਿਹੜੇ ਹੋਸਟ ਕੀਤੇ ਨੇ ਉਹ ਵੀ ਚੰਗੇ ਲੱਗੇ ਜਾਂ ਅਟੈਂਡ ਕੀਤਾ ਉਹ ਵੀ ਚੰਗੇ ਲੱਗੇ। ਇਟਸ ਬੀਨ ਵੰਡਰਫੁਲ ਡੇ। ਅਸੀਂ ਚਾਹੁੰਦੇ ਹਾਂ ਕਿ ਜੋ ਤੁਹਾਡੀ ਸ਼ਨਾਖਤ ਹੈਗੀ ਆ, ਤੁਹਾਡੀ ਜ਼ਬਾਨ ਹੈਗੀ ਆ, ਉਹਨੂੰ ਅਸੀਂ ਕਾਇਮ ਰੱਖੀਏ, ਮਜ਼ਬੂਤ ਰੱਖੀਏ। ਅਸੀਂ ਜ਼ਬਾਨਾਂ ਬੋਲਦੇ ਹਾਂ ਇਸ ਮੁਲਕ ਦੇ ਵਿੱਚ, ਤਾਂ ਅਸੀਂ ਭੁਲਾਉਣਾ ਨਹੀਂ ਚਾਹੁੰਦੇ। ਤਾਂ ਸਾਡੇ ਵਾਸਤੇ ਗਾਂ ਦੂਸਰੀ ਜਨਰੇਸ਼ਨ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ। ਜਿਹੜੇ ਸਾਡੇ ਰਸਮੋ ਰਿਵਾਜ਼ ਸੀਗੇ, ਜਿਹੜੇ ਸਾਡੇ ਗੀਤ ਸੰਗੀਤ ਸੀਗੇ, ਬੋਲੀਆਂ ਸੀਗੀਆਂ, ਕਹਾਵਤਾਂ, ਸਾਡੇ ਜਿਹੜੇ ਮਾਮੇ ਚਾਚੇ ਦਾਦੇ ਪੜਨਾਨੇ ਸਾਰੇ ਜਿਹੜੇ ਬੋਲਦੇ ਹੁੰਦੇ ਸੀਗੇ, ਉਹ ਅਸੀਂ ਉਹਨਾਂ ਨੂੰ ਯਾਦ ਰੱਖਣਾ ਚਾਹੁੰਦੇ ਹਾਂ। ਉਹਨਾਂ ਦੀ ਇੱਕ ਹਿਸਟਰੀ ਸੀਗੀ, ਸਾਡੇ ਨਾਲ ਹਿਸਟਰੀ ਉਹ ਇਸ ਮੁਲਕ 'ਚ ਆ ਗਈ ਆ, ਤਾਂ ਅਸੀਂ ਚਾਹੁੰਦੇ ਹਾਂ ਕਿ ਜਾਗ ਦੀ ਤਰਫੋਂ ਅਸੀਂ ਉਹਨਾਂ ਦੀ ਬੋਲੀਆਂ ਮਜ਼ਮੂਨ ਰੱਖੇ, ਕਾਇਮ ਰੱਖੇ, ਐਂਡ ਯੂ ਨੋ ਜਸਟ ਟੂ ਪਾਸ ਇਟ ਔਨ ਕਿ ਦੂਸਰੀ ਜਨਰੇਸ਼ਨ ਵੀ ਪਤਾ ਲੱਗੇ ਉਹ ਕਿੱਥੋਂ ਆਏ ਸੀਗੇ। ਇੱਥੇ ਜਿਹੜੇ ਪਹਾੜੀ ਜਿਹੜੇ ਆਜ਼ਾਦ ਕਸ਼ਮੀਰ ਤੋਂ ਲੋਕ ਆਏ ਨੇ, ਉਹਨਾਂ ਨੇ ਇੱਕ ਕਲਚਰਲ ਗੈਦਰਿੰਗ ਹੈ, ਪੰਜਾਬੀਆਂ ਨਾਲ ਵੀ ਹੈ ਇੱਥੇ, ਤਾਂ ਅਲੱਗ ਅਲੱਗ ਕਿਸਮ ਦੇ ਪ੍ਰੋਗਰਾਮ ਨਾ, ਮੈਂ ਮੇਰੇ ਵਾਸਤੇ ਬੜਾ ਅੱਛਾ ਐਕਸਪੀਰੀਅੰਸ ਹੈ। ਔਰ ਮੁਕਤਸਰ ਗੱਲ ਇਹ ਹੈ ਕਿ ਜਿਹੜੇ ਲੋਕ ਪ੍ਰਦੇਸ਼ 'ਚ ਵਸੇ ਨੇ, ਉਹਨਾਂ ਦੀ ਆਪਣੀ ਸ਼ਨਾਖਤ ਵਾਸਤੇ ਉਹਨਾਂ 'ਚ ਇੱਕ ਲੱਗੀ ਹੈ ਕਿਸਮ ਦੀ ਸ਼ਨਾਖਤ ਦੀ, ਆਪਣੇ ਬੱਚਿਆਂ ਤੱਕ ਕਿਸ ਤਰ੍ਹਾਂ ਪਹੁੰਚਾਈਏ, ਆਪਣੀ ਹੈਰੀਟੇਜ ਕਿਸ ਤਰ੍ਹਾਂ ਟ੍ਰਾਂਸਫਰ ਕਰੀਏ ਬੱਚੇ ਜਿਹੜੇ ਯੂ ਆਰ ਲਿਵਿੰਗ ਵਿਦਆਊਟ ਕੰਟੈਕਸਟ ਆਫ ਦੀ ਲੈਂਡ ਫਰੋਮ ਵਿਚ ਦੇ ਵਿਚ ਆਲ ਆਫ ਅਸ ਹੈਵ ਕਮ। ਸੋ ਮੀਰਪੁਰ ਨਾਲ ਖਾਸ ਕਰਕੇ ਜਿਹੜੇ ਲੋਕ ਨੇ ਆਪਣੀ ਜ਼ੁਬਾਨ ਨੂੰ ਲੈ ਕੇ ਪਰੇਸ਼ਾਨ, ਕਿਉਂਕਿ ਅਗਲੀ ਜਿਹੜੀ ਨਸਲ ਹੈ ਉਹ ਜ਼ੁਬਾਨ ਨਹੀਂ ਬੋਲਦੀ, ਤੋ ਕਿਸ ਤਰੀਕੇ ਨਾਲ ਉਹਨਾਂ 'ਚ ਇਹ ਇੱਕ ਆਪਣੀ ਜ਼ੁਬਾਨ ਤਾਂ ਇੱਕ ਪਿਆਰ ਜਾਂ ਕਿਸ ਕਿਸਮ ਦੀ ਉਨਸ ਜਿਹੜੀ ਹੈ ਉਹ ਪੈਦਾ ਕੀਤੀ ਜਾਏ, ਉਸ ਦੀਆਂ ਬੜੀਆਂ ਇੱਥੇ ਇੱਕ ਫਿਕਰੀ ਤੌਰ 'ਤੇ ਲੋਕਾਂ 'ਚ ਇੱਕ ਗੱਲਬਾਤ ਹੋਣੀ ਪਈ ਹੈ। ਬੜਾ ਮਜ਼ਾ ਆਇਆ ਇਹ ਜਾਗਨਾ ਇਵੈਂਟ ਲੈਂਗੁਏਜਿਸ ਪਰ ਹੈ ਜਿਹੜਾ ਬਰਮਿੰਗਮ ਇਸਕੀ ਅਟੈਂਡ ਕਰੀ ਦਿਆ, ਬਹੁਤ ਸਾਰੇ ਸੰਗੀਆਂ ਦੋਸਤਾਂ ਨਾਲ ਵੀ ਮੁਲਾਕਾਤ ਹੋਈ, ਕੋਮਰ ਰਾਜਾ ਜੀ ਕੀ ਅਸਾਂ ਪੁੱਜਣੇ ਸਾਂ ਉਹਨਾਂ ਨਾਲ ਵੀ ਅੱਜ ਮੁਲਾਕਾਤ ਹੋਈ, ਸ਼ਬੀਰ ਸਾਹਿਬ ਇੱਥੇ ਹਨ, ਇਫਤਖਾਰ ਕੁਲਵਾਲ ਸਾਹਿਬ ਵੀ ਲੱਭੀ ਗਏ ਨਾ ਸਾ ਕੀ, ਅਤੇ ਹੋਰ ਬੜੇ ਸੰਗੀ ਦੋਸਤ ਕੇ ਲਿਖਣਾ ਲਿਖਾਉਣਾ ਤਾਂ ਇਹ ਮੁਕੱਦਰਾ ਲੈਣੀ ਗੱਲ ਹੈ, ਜਿਹੜੇ ਲਿਖਣੇ ਨੇ
ਬਹਰਹਾਲ ਉਹਨਾਂ ਲੋਕਾਂ ਵਿੱਚ ਬਹਿਣਾ ਇੱਕ ਬਹੁਤ ਬੜੀ ਅਚੀਵਮੈਂਟ ਹੈ ਅਤੇ ਮੈਂ ਸ਼ੁਕਰਗੁਜ਼ਾਰ ਹਾਂ ਇਸ ਈਵੈਂਟ ਨੇ ਜਿੰਨੇ ਵੀ ਆਰਗਨਾਈਜ਼ਰ ਜਿਹੜੇ ਆਰਗਨਾਈਜ਼ ਕਰੀਏ ਤਾਂ ਹੋਪਫੁਲੀ ਆਈਂਦਾ ਵੀ ਇਹ ਆਰਗਨਾਈਜ਼ ਕਰ ਸੁਣ ਅਤੇ ਅਸਾਂ ਕੀ ਹੈ ਜੇ ਮੌਕੇ ਲੱਭ ਸੁਣ ਕਿ ਅਸਾਂ ਪੜ੍ਹਸਾਂ ਅਸਾਂ ਸਿੱਖਸਾਂ ਉਹਨਾਂ ਕੋਲੋਂ ਇਹ ਵੀ ਸਾਡੇ ਲਈ ਜ਼ਰੂਰੀ ਕਿ ਜਗ੍ਹਾ ਹੋਣੀ ਚਾਹੀਦੀ ਜਿੱਥੇ ਅਸੀਂ ਸਵਾਲ ਵੀ ਪੁੱਛੀਏ ਜੇ ਅਸੀਂ ਕੋਈ ਗੱਲ ਦੇ ਨਾਲ ਸਹਿਮਤ ਨਹੀਂ ਹੈਗੇ ਅਸੀਂ ਉਹ ਵੀ ਉਠਾਈਏ ਗੱਲ ਅਤੇ ਇੱਕ ਦੂਜੇ ਨੂੰ ਸਮਝੀਏ ਅਤੇ ਅਸੀਂ ਕੁਛ ਅੱਗੇ ਅੱਧਾ ਜਾ ਸਕਦੇ ਹੈਗੇ ਥੋੜ੍ਹਾ ਜਿਹਾ ਕ੍ਰਿਟੀਕਲ ਸੋਚ ਦੇ ਨਾਲ ਸਿਰਫ ਸੈਲੀਬ੍ਰੇਟ ਨਹੀਂ ਕਰਨਾ ਲੇਕਿਨ ਅਸੀਂ ਥੋੜ੍ਹਾ ਬਦਲਣਾ ਵੀ ਹੋਊਗਾ ਸ਼ਾਇਦ ਜੋ ਅਸੀਂ ਇਨਹੈਰਿਟ ਕੀਤਾ ਮੰਗਲਾਂ ਨੂੰ ਪਾਣੀ ਮਾਨੀਆਂ ਕੀ ਤੱਕ ਚੇਲੀ ਆਇਆ ਮੈਂ ਮੂੰਹ ਫੇਰੀ ਕੀਤਾ ਹੁਣ ਮਾਨੀਆਂ ਨਜ਼ਰਾਂ ਦੇ ਸਾਹਮਣੇ ਦੂਰ ਦੂਰ ਤੱਕ ਖਿਲਰੀ ਹੋਈ ਮੰਗਲਾਂ ਦੀ ਬੇਗਾਮੀ ਜੀ ਦਿਸਣੀ ਸੀ ਅਤੇ ਉਸਨੇ ਪਾਣੀ ਪਰ ਬਗੇ ਨਹੀਂ ਪੱਗ ਪਿੱਤਰ ਨਹੀਂ ਸੀ ਉਸ ਤਰ੍ਹਾਂ ਬਣੀ ਵਾਹਿਗੁਰੂ